मैं रिपोर्टर स्नेहा धीर, सांझा पंजाब टीवी, अमृत। ਪਰਿਵਾਰ ਤੋਂ ਏਕ ਸ਼ਾਮ ਕਿਸ਼ੋਰੀ ਜੀ ਦੇ ਨਾਮ ਆਈ ਟੀ ਆਈ ਕਾਲਜ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਪ੍ਰੋਗਰਾਮ ਸ਼੍ਰੀ ਰਾਧਾ ਰਾਣੀ ਜੀ ਦੇ ਆਸ਼ੀਰਵਾਦ ਦੇ ਨਾਲ ਸੋਨੀ ਸਾਹਿਬ ਦੇ ਨੇਤਰਿਤਵ ਔਰ ਸਾਡੇ ਵੱਡੇ ਭਾਜੀ ਵਿਕਾਸ ਸੋਨੀ ਜੀ ਦੀ ਦੇਖ ਰੇਖ ਦੇ ਵਿੱਚ ਹੋਣ ਜਾ ਰਿਹਾ। ਸੋ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਇਹੀ ਅਪੀਲ ਕਰਦਾ ਕਿ ਵੱਧ ਚੜ੍ਹ ਕੇ ਇਸ ਪ੍ਰੋਗਰਾਮ ਦਾ ਹਿੱਸਾ ਬਣੋ ਔਰ ਰਾਧਾ ਰਾਣੀ ਦੇ ਨਾਮ ਦਾ ਸੰਕੀਰਤਨ ਕਰੋ। ਔਰ ਮੈਂ ਇੱਕ ਹੋਰ ਆਪ ਸਭ ਸਾਥੀਆਂ ਦੇ ਮਾਧਿਅਮ ਦੇ ਰਾਹੀਂ ਮੈਂ ਇੱਕ ਮੈਸੇਜ ਦੇਣਾ ਚਾਹਾਂਗਾ ਕਿ ਇੱਥੇ ਲੰਗਰ ਦੀ ਪੂਰੀ ਵਿਵਸਥਾ ਹੈ, ਆਰਾਮ ਨਾਲ ਸਾਰੇ ਆਓ, ਲੰਗਰ ਪਾਣੀ ਖਾਓ ਔਰ ਰਾਧਾ ਨਾਮ ਦਾ ਆਸ਼ੀਰਵਾਦ ਲਵੋ। ਜੈ ਸ਼੍ਰੀ ਰਾਧੇ। ਪਾਣੀ ਦੀ ਪੂਰੀ ਵਿਵਸਥਾ ਹੈ, ਇੱਥੇ ਸਿਕਿਉਰਿਟੀ ਦੀ ਪੂਰੀ ਵਿਵਸਥਾ ਹੈ। ਸਾ ਇੱਥੇ ਇਸ ਪ੍ਰੋਗਰਾਮ 'ਚ ਤਕਰੀਬਨ 10 ਤੋਂ 15 ਹਜ਼ਾਰ ਲੋਕ ਆਉਂਦੇ ਨੇ। ਸੋ ਸਿਕਿਉਰਿਟੀ, ਪੁਲਿਸ ਦੀ, ਪ੍ਰਸ਼ਾਸਨ ਦੀ ਹਰ ਤਰ੍ਹਾਂ ਦੀ ਵਿਵਸਥਾ ਹੋਏਗੀ। ਜਿਹੜੇ ਬਜ਼ੁਰਗ ਜਿਹੜੇ ਬੈਠ ਨਹੀਂ ਸਕਦੇ ਉਹਨਾਂ ਦੇ ਵਾਸਤੇ ਕੁਰਸੀਆਂ ਦੀ ਪੂਰੀ ਵਿਵਸਥਾ ਹੈ ਔਰ ਗਰਮੀ ਨੂੰ ਵੀ ਆਪਾਂ ਧਿਆਨ 'ਚ ਰੱਖਦੇ ਹੋਏ ਕੂਲਰ ਦੀ ਵੀ ਪੂਰੀ ਵਿਵਸਥਾ ਕੀਤੀ ਹੈ, ਪਾਣੀ ਦੀ ਵੀ ਵਿਵਸਥਾ ਹੈ ਔਰ ਲੰਗਰ ਪਾਣੀ ਦੀ ਵਿਵਸਥਾ। ਪ੍ਰੋਗਰਾਮ ਜਿਹੜਾ ਉਹ 7 ਵਜੇ ਦੀਕਸ਼ਾ ਸ਼ਰਮਾ ਜੀ ਦੇ ਰਾਹੀਂ ਇਹ ਜਿਹੜਾ ਪ੍ਰੋਗਰਾਮ ਹੈ ਸ਼ੁਰੂ ਕੀਤਾ ਜਾਏਗਾ। ਉਸ ਤੋਂ ਬਾਅਦ 8 ਤੋਂ 8:30 ਵਜੇ ਚਿੱਤਰ ਵਿਚਿੱਤਰ ਜੀ ਆਉਣਗੇ ਔਰ ਹਰੀ ਇੱਛਾ ਤੱਕ ਇਹ ਜਿਹੜਾ ਸੰਕੀਰਤਨ ਚੱਲੇ। ਮੁੱਖ ਮਹਿਮਾਨ ਸਾਡੇ ਓਮ ਪ੍ਰਕਾਸ਼ ਜੀ ਸੋਨੀ ਜੀ, ਵਿਕਾਸ ਸੋਨੀ ਜੀ ਔਰ ਜਿੰਨੇ ਵੀ ਰਾਜਨੀਤਿਕ ਸਿਆਸੀ ਜਿਹੜੇ ਵੇ ਚਿਹਰੇ ਨੇ ਉਹ ਇੱਥੇ ਆਉਣਗੇ ਔਰ ਹਲਕੇ ਦੇ MLA ਜਿਹੜੇ ਨੇ ਕੁੰਵਰ ਵਿਜੇ ਪ੍ਰਤਾਪ ਜੀ ਔਰ ਨਾਲ ਡਾਕਟਰ ਸਾਹਿਬ ਜਿਹੜੇ ਨੇ ਉਹ ਵੀ ਆਉਣਗੇ, ਅਜੇ ਗੁਪਤਾ ਜੀ ਉਹ ਵੀ ਆਉਣਗੇ। ਔਰ ਅੰਮ੍ਰਿਤਸਰ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਅੰਮ੍ਰਿਤਸਰ ਦੇ ਲੋਕਾਂ ਨੂੰ ਅਪੀਲ ਹੈ ਕਿ ਇਸ ਧਾਰਮਿਕ ਪ੍ਰੋਗਰਾਮ ਦਾ ਮਕਸਦ ਇਹੀ ਹੈ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਰਾਧਾ ਨਾਮ ਦੇ ਨਾਮ ਨਾਲ, ਜਾਪ ਦੇ ਨਾਲ ਹੀ ਆਪਾਂ ਆਪਣਾ ਸੰਸਾਰਿਕ ਜਿਹੜਾ ਜੀਵਨ ਸਫਲ ਬਣਾਉਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਔਰ ਸ਼ਹਿਰ ਦੇ ਵਾਸੀਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਸਮੁੱਚੀ ਰਾਧਾ ਰਾਣੀ ਪਰਿਵਾਰ ਦੇ ਵੱਲੋਂ ਕਿ ਇਸ ਪ੍ਰੋਗਰਾਮ 'ਤੇ ਆਓ ਔਰ ਰਾਧਾ ਰਾਮ ਦਾ ਆਸ਼ੀਰਵਾਦ ਲਵੋ। ਸੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਆਪਣੇ ਪ੍ਰੈਸ ਦੇ ਭਰਾਵਾਂ ਦਾ, ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹ ਤੁਸੀਂ ਸਾਰੇ ਇੱਥੇ ਇੱਕ ਛੋਟੇ ਜਿਹੇ ਸੱਦੇ 'ਤੇ ਆਏ ਹੋ, ਮੈਂ ਤੁਹਾਡਾ ਵੈਲਕਮ ਵੀ ਕਰਦਾ ਔਰ ਰਾਧਾ ਰਾਣੀ ਪਰਿਵਾਰ ਵੱਲੋਂ ਤੁਹਾਡਾ ਸਵਾਗਤ ਵੀ ਕਰਦਾ। ਦੇਖੋ, ਰਾਧਾ ਰਾਣੀ ਪਰਿਵਾਰ ਇੱਕ ਬੜੀ ਪੁਰਾਣੀ ਸੰਸਥਾ, ਸਾਡੇ ਅੰਮ੍ਰਿਤਸਰ ਸ਼ਹਿਰ ਦੀ ਬਹੁਤ ਪੁਰਾਣੀ ਸੰਸਥਾ ਹੈ, ਜਿਹੜੇ ਬਹੁਤ ਲੰਬੇ ਸਮੇਂ ਤੋਂ ਪਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਔਰ ਖਾਸ ਕਰਕੇ ਠਾਕੁਰ ਜੀ ਵਰਿੰਦਾਵਨ ਬਾਂਕੇ ਬਿਹਾਰੀ ਜੀ ਦੇ ਚਰਨਾਂ 'ਚ ਜੁੜੇ ਹੋਏ ਨੇ ਔਰ ਉਹਨਾਂ ਦੇ ਸਾਰੇ ਭਗਤ ਨੇ ਔਰ ਮੈਂ ਸਮਝਦਾ ਇਹ ਦੂਸਰੀ ਜਨਰੇਸ਼ਨ ਜਿਹੜੀ ਹੈ ਉਹਨਾਂ ਦੇ ਅੱਗੋਂ ਬੱਚੇ ਜਿਹੜੇ ਹੈ ਉਹ ਅੱਗੇ ਇਹਨੂੰ ਕੰਟੀਨਿਊ ਕਰ ਰਹੇ ਨੇ। ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 ਅਪ੍ਰੈਲ ਨੂੰ ਰਾਧਾ ਰਾਣੀ ਪਰਿਵਾਰ ਵੱਲੋਂ ਜਿਹੜਾ ਇੱਕ ਬੜਾ ਵੱਡਾ ਧਾਰਮਿਕ ਪ੍ਰੋਗਰਾਮ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ, ITI ਕਾਲਜ ਜਿਹੜਾ ਸਾਡੇ ਲੋਹਗੜ੍ਹ ਚੌਂਕ ਦੇ ਬਿਲਕੁਲ ਨਾਲ ਹੈ, ITI ਕਾਲਜ ਹੈ, ਉੱਥੇ ਕੀਤਾ ਜਾ ਰਿਹਾ। ਉਹ ਜਿਹੜਾ ਪ੍ਰੋਗਰਾਮ ਹੈ ਠਾਕੁਰ ਜੀ ਦੇ ਆਸ਼ੀਰਵਾਦ ਦੇ ਨਾਲ, ਪਰਮਾਤਮਾ ਦੇ ਆਸ਼ੀਰਵਾਦ ਸਦਕਾ ਬਹੁਤ ਵਧੀਆ ਪ੍ਰੋਗਰਾਮ, ਬੜੇ ਵਧੀਆ ਡਿਸਿਪਲਿਨ ਤਰੀਕੇ ਦੇ ਨਾਲ ਜਿਹੜਾ ਪ੍ਰੋਗਰਾਮ ਕਰਦੇ ਹਾਂ। ਉਹ 'ਚ ਸਾਡੇ ਬਹੁਤ ਹੀ ਮਸ਼ਹੂਰ ਔਰ ਮੈਂ ਸਮਝਦਾ ਸਾਡੇ ਵਰਿੰਦਾਵਨ ਤੋਂ ਚਿੱਤਰ ਵਿਚਿੱਤਰ ਜੀ ਜਿਹੜੇ ਮਹਾਰਾਜ ਜੀ ਨੇ, ਉਹਨਾਂ ਨੂੰ ਮੈਂ ਸਮਝਦਾ ਪੂਰੇ ਹਿੰਦੁਸਤਾਨ 'ਚ ਲੋਕ ਬੜੀ ਦੂਰੋਂ ਦੂਰੋਂ ਵਰਿੰਦਾਵਨ ਉਹਨਾਂ ਨੂੰ ਸੁਣਨ ਵਾਸਤੇ, ਉਹਨਾਂ ਦੇ ਵਿਚਾਰ ਸੁਣਨ ਵਾਸਤੇ ਉੱਥੇ ਜਾਂਦੇ ਨੇ ਔਰ ਅਸੀਂ ਸਮਝਦੇ ਕਿ ਅਸੀਂ ਖੁਸ਼ਕਿਸਮਤ ਹੈ ਕਿ ਉਹ ਅੰਮ੍ਰਿਤਸਰ ਹਰ ਸਾਲ ਹੀ ਅੰਮ੍ਰਿਤਸਰ ਇਸ ਪ੍ਰੋਗਰਾਮ 'ਚ ਆਉਂਦੇ ਨੇ। ਔਰ ਮੈਂ ਸਮਝਦਾ ਬੜੀ ਵੱਡੀ ਇੱਕ ਰਾਧਾ ਰਾਣੀ ਪਰਿਵਾਰ ਦੇ ਸਾਡੇ ਰਿੰਕੂ ਜੀ, ਰਜਤ ਜੀ, ਸੁਨੀਲ ਜੀ, ਦਾਰੇ ਭਾਜੀ, ਸੋ ਸਾਰੇ ਜਿੰਨੇ ਵੀ ਮੈਂਬਰ ਨੇ ਇਹਨਾਂ ਦਾ ਪਿਆਰ ਹੈ ਉਹਨਾਂ ਦੇ ਨਾਲ ਕਿ ਉਹ ਹਮੇਸ਼ਾ ਇਹਨਾਂ ਦੇ ਸੱਦੇ ਦੇ ਇੱਥੇ ਅੰਮ੍ਰਿਤਸਰ ਆਉਂਦੇ ਨੇ ਔਰ ਇੱਥੇ ਪ੍ਰੋਗਰਾਮ ਜਿਹੜਾ ਕਰਦੇ ਨੇ। ਔਰ ਬੜੀ ਵੱਡੀ ਤਾਦਾਦ 'ਚ ਇੱਥੇ ਲੋਕ, ਖਾਸ ਕਰਕੇ ਮੈਂ ਸਮਝਦਾ ਇੱਥੇ ਜਿੱਥੇ ਇਸ ਪ੍ਰੋਗਰਾਮ 'ਤੇ ਲੇਡੀਜ਼ ਜਿਹੜੀਆਂ ਸ਼ਹਿਰ ਦੇ ਬਹੁਤ ਅੱਛੇ ਅੱਛੇ ਘਰਾਂ ਤੋਂ ਲੇਡੀਜ਼ ਜਿਹੜੀ ਇਹਨਾਂ ਨੂੰ ਆਪ ਫੋਨ ਕਰਕੇ ਇੱਥੋਂ ਦੇ ਆਉਣ ਵਾਸਤੇ ਇਹਨਾਂ ਨੂੰ ਫੋਨ ਵੀ ਆਉਂਦੇ ਨੇ, ਉਹ ਪ੍ਰੋਗਰਾਮ ਜਿਹੜਾ ਹੁੰਦਾ ਬਹੁਤ ਅੱਛਾ ਪ੍ਰੋਗਰਾਮ ਔਰ ਇਸ ਕਰਕੇ ਲੋਕ ਇਹਨਾਂ ਦੇ ਪ੍ਰੋਗਰਾਮ 'ਤੇ ਮੈਂ ਸਮਝਦਾ ਆਉਂਦੇ ਨੇ ਕਿਉਂਕਿ ਇਹਨਾਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਬੜਾ ਡਿਸਿਪਲਿਨ ਤਰੀਕੇ ਦੇ ਨਾਲ,
ਬੱਚੇ ਵੀ ਆਉਂਦੇ ਨੇ, ਲੇਡੀਜ਼ ਵੀ ਆਉਂਦੇ ਨੇ, ਜੈਂਟਸ ਵੀ, ਬਜ਼ੁਰਗ ਵੀ ਆਉਂਦੇ ਨੇ, ਕਿਸੇ ਨੂੰ ਵੀ ਕਿਸੇ ਤਰੀਕੇ ਦੀ ਦਿੱਕਤ ਨਹੀਂ ਆਉਂਦੀ। ਹਰ ਕਿਸੇ ਦਾ ਪ੍ਰੋਪਰ ਇੱਕ ਅਰੇਂਜਮੈਂਟ ਬੈਠਣ ਦਾ, ਉਹਨਾਂ ਦੀ ਐਂਟਰੀ ਦਾ, ਉਹਨਾਂ ਦਾ ਹਰ ਤਰੀਕੇ ਦਾ ਐਂਟਰ ਮਤਲਬ ਜਿਹੜਾ ਪ੍ਰੋਗਰਾਮ ਹੈਗਾ ਉਹਨਾਂ ਦੀ ਬੈਠਣ ਦੀ ਵਿਵਸਥਾ ਕੀਤੀ ਜਾਂਦੀ ਹੈ। ਸੋ 6 ਤਰੀਕ ਨੂੰ ਸ਼ਾਮੀ 7 ਵਜੇ ਜਿਹੜਾ ਇਹ ਪ੍ਰੋਗਰਾਮ ਸਟਾਰਟ ਕੀਤਾ ਜਾਏਗਾ। ਔਰ ਮੈਂ ਸਮਝਦਾ ਪਰਮਾਤਮਾ ਠਾਕੁਰ ਜੀ ਦੀ ਕਿਰਪਾ ਦੇ ਨਾਲ ਜਿੰਨਾ ਵੀ ਲੰਬਾ ਚੱਲ ਸਕੇਗਾ ਉਹਨਾਂ ਦੇ ਆਸ਼ੀਰਵਾਦ ਨਾਲ ਇਹ ਪ੍ਰੋਗਰਾਮ ਹੁੰਦਾ ਹੈ। ਤਕਰੀਬਨ ਮੈਨੂੰ ਲੱਗਦਾ ਕਿ 12 ਤੇ ਵੱਜ ਹੀ ਜਾਂਦੇ ਨੇ, ਔਰ ਇਹ ਪਰਮਾਤਮਾ ਦੇ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਇਹ ਪ੍ਰੋਗਰਾਮ ਹੈ। ਜਿੰਨਾ ਵੀ ਲੰਬਾ ਹੋ ਸਕੇਗਾ ਅਸੀਂ ਕਰਾਂਗੇ ਪੂਰੀ। ਮੈਂ ਤਾਂ ਪਹਿਲਾਂ ਹੀ ਦੱਸਿਆ ਕਿ ਜਿਹੜੀ ਵਿਵਸਥਾ ਹੈ ਬੈਠਣ ਦੀ ਬਜ਼ੁਰਗਾਂ ਵਾਸਤੇ ਚੇਅਰ 'ਤੇ ਬੈਠਣ ਦੀ, ਕੋਈ ਵੀ ਕਿਸੇ ਤਰੀਕੇ ਦੀ ਵੀ, ਇਹ ਨਹੀਂ ਕਿ ਐਰਕੀ ਹਮੇਸ਼ਾ ਹੀ, ਪਿਛਲੇ ਸਾਲ ਵੀ ਕੋਈ ਪ੍ਰੋਗਰਾਮ ਹੋਏ, ਕੋਈ ਵੀ ਇੱਕ ਸਾਨੂੰ ਸਿੰਗਲ ਕੰਪਲੇਂਟ ਮਿਲੀ। ਔਰ ਲੋਕ ਦਿਲ ਨਾਲ ਔਰ ਖੁਸ਼ੀ ਦੇ ਨਾਲ ਇਸ ਪ੍ਰੋਗਰਾਮ 'ਤੇ, ਲੋਕ ਵੇਟ ਕਰਦੇ ਨੇ ਅੰਮ੍ਰਿਤਸਰ ਦੇ ਲੋਕ ਇਸ ਪ੍ਰੋਗਰਾਮ ਨੂੰ ਅਟੈਂਡ ਕਰਨ ਵਾਸਤੇ। ਸੋ ਮੈਂ ਤੁਹਾਡੇ ਰਾਹੀਂ, ਮੀਡੀਆ ਦੇ ਰਾਹੀਂ ਇਹੀ ਰਿਕੁਐਸਟ ਕਰਨ ਲੱਗਾ ਸੀ, ਅੱਜ ਫਿਰ ਅਸੀਂ ਪ੍ਰੈਸ ਕਾਨਫਰੰਸ ਕੀਤੀ ਸਾਰਿਆਂ ਨੇ, ਕਿਉਂਕਿ ਮੈਂ ਆਪ ਇੱਕ ਰਾਧਾ ਰਾਣੀ ਪਰਿਵਾਰ ਦਾ ਇੱਕ ਮੈਂਬਰ ਹੈ, ਇਹਨਾਂ ਦੇ ਨਾਲ ਹਮੇਸ਼ਾ ਹੀ ਜੁੜਿਆ, ਔਰ ਇਹਨਾਂ ਦੇ ਨਾਲ ਇਸ ਕਰਕੇ ਜੁੜਿਆ ਕਿ ਸਾਰੇ ਯੂਥ ਦੇ ਸਾਥੀ ਸਾਡੇ ਸਾਥੀ ਨੇ, ਔਰ ਇਸ ਪ੍ਰੋਗਰਾਮ ਜਿਹੜਾ ਬਹੁਤ ਵਧੀਆ ਕਰਦੇ ਨੇ। ਇਸ ਕਰਕੇ ਮੈਂ ਪ੍ਰੈਸ ਨਾਲ ਇਹੀ ਰਿਕੁਐਸਟ ਕਰਨਾ ਚਾਹੁੰਦਾ ਕਿ ਜਿਹੜੇ ਵੀ ਲੋਕ, ਜਿਹੜੇ ਵੀ ਪਰਿਵਾਰ ਆਪਣੇ ਬੱਚਿਆਂ ਦੇ ਨਾਲ, ਆਪਣੀ ਫੈਮਿਲੀ ਦੇ ਨਾਲ ਆਉਣਾ ਚਾਹੁੰਦੇ, ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ, ਹਰ ਕੋਈ ਬੰਦਾ ਇੱਥੇ ਆਏ, ਉਹਨਾਂ ਦਾ ਪੂਰੇ ਵਿਵਸਥਾ ਵਧੀਆ ਤਰੀਕੇ ਨਾਲ ਕੀਤੀ ਗਈ ਹੈ। ਨਾਲ ਲੰਗਰ ਦੀ ਵਿਵਸਥਾ ਵੀ ਕੀਤੀ ਗਈ ਹੈ, ਜਿਹੜਾ ਲੰਗਰ ਵੀ, ਜਿਹੜਾ ਲੋਕ ਆਉਣਗੇ, ਲੰਗਰ ਦੀ ਪੂਰੀ ਪ੍ਰੋਪਰ ਵਿਵਸਥਾ ਬੜੀ ਅੱਛੀ ਕੀਤੀ ਗਈ ਹੈ। ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਕਿ ਜਿੱਥੇ ਸਾਡੇ ਮਹਾਰਾਜ ਚਿੱਤਰ ਵਿਚਿੱਤਰ ਜੀ ਨੇ ਆਉਣਾ, ਉਹਨਾਂ ਦੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੀ ਰਿੰਕੂ ਜੀ ਦੀ ਬੇਟੀ ਹੈ ਦੀਕਸ਼ਾ, ਜਿਹੜੀ ਹਰ ਸਾਲ, ਮੈਂ ਸਮਝਦਾ ਕਿ ਵੈਸੇ ਵੀ ਦੁਰਗਿਆਨਾ ਮੰਦਰ ਜਾਂ ਇੱਥੇ ਅੰਮ੍ਰਿਤਸਰ ਸ਼ਹਿਰ 'ਚ ਵੀ ਉਸਦਾ ਬੱਚੀ ਦਾ ਬਹੁਤ ਅੱਛਾ ਨਾਮ ਹੈ, ਔਰ ਲੋਕ ਉਹਨੂੰ ਵੀ ਸੁਣਨ ਵਾਸਤੇ ਆਉਂਦੇ ਨੇ। ਸਟਾਰਟ ਹਮੇਸ਼ਾ ਉਹ ਬੱਚੀ ਕਰਦੀ ਹੈ, ਸਾਡੀ ਬੱਚੀ ਹੈ, ਔਰ ਉਸ ਤੋਂ ਬਾਅਦ 'ਚੋਂ ਚਿੱਤਰ ਵਿਚਿੱਤਰ ਜੀ ਆਪਣੇ ਉਹ ਜਿਹੜੇ ਵਿਚਾਰ ਰੱਖਣਗੇ। ਸੋ ਇੱਕ ਵਾਰ ਫਿਰ ਤੁਹਾਡੇ ਮੀਡੀਆ ਰਾਹੀਂ ਰਿਕੁਐਸਟ ਕਰਨਾ ਚਾਹੁੰਦਾ ਕਿ ਸਾਰੇ ਸ਼ਹਿਰ ਵਾਸੀਆਂ ਨੂੰ, ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਨੂੰ, ਕਿ ਸਾਰੇ ਇੱਥੇ ਆਉਣ, ਪ੍ਰੋਗਰਾਮ ਦਾ ਆਨੰਦ ਲੈਣ, ਔਰ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਅਸੀਂ ਹੋਰ ਅੱਗੇ ਨਾਲ, ਹਰ ਸਾਲ ਅਸੀਂ ਕੁਛ ਨਾ ਕੁਛ ਇੰਪਰੂਵਮੈਂਟ ਲੈ ਕੇ ਆਉਂਦੇ ਹਾਂ ਨਵੀਂ, ਕਿ ਇਹ 'ਚ ਕੁਛ ਬੈਟਰ ਕੀਤਾ ਜਾਵੇ, ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਏ, ਉਹ ਅਸੀਂ ਹਮੇਸ਼ਾ ਧਿਆਨ ਰੱਖਾਂਗੇ, ਔਰ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਮੁਸ਼ਕਿਲ ਨਹੀਂ ਆਏਗੀ। ਔਰ ਮੈਂ ਧੰਨਵਾਦ ਕਰਾਂਗਾ ਪੁਲਿਸ ਵਿਭਾਗ ਦਾ ਵੀ, ਕਿਉਂਕਿ ਉਹਨਾਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ, ਪੁਲਿਸ ਦੀ ਵੀ ਪੂਰੀ ਪ੍ਰੋਪਰ ਅਰੇਂਜਮੈਂਟ ਹੋ ਗਿਆ, ਸਿਕਿਉਰਿਟੀ ਦਾ ਵੀ, ਔਰ ਕਾਰਪੋਰੇਸ਼ਨ ਦੇ ਸਾਰੇ ਅਫਸਰਾਂ ਦਾ ਵੀ, ਸਫਾਈ ਵੱਲੋਂ ਵੀ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਹੈ, ਉਹਨਾਂ ਨੇ ਯਕੀਨ ਦਵਾਇਆ ਕਿ ਅਸੀਂ ਹਰ ਤਰ੍ਹਾਂ ਦੀ ਇੱਥੇ ਦੀ ਸਫਾਈ ਦੀ ਔਰ ਪਾਰਕਿੰਗ ਦੀ ਪੁਲਿਸ ਵੱਲੋਂ ਸਾਰੀ ਜਿਹੜੀ ਵਿਵਸਥਾ ਕੀਤੀ ਜਾਏਗੀ। ਧੰਨਵਾਦ ਜੀ ਬਹੁਤ ਬਹੁਤ।